ਇਹੀ ਕਾਰਨ ਹੈ ਅੱਜ ਤੁਸੀਂ ਸਿਹਰੇ ਲਾਏ ਨੇ ਹਾਰ ਪਾਏ ਨੇ ਅਤੇ ਪੁਲਿਸ ਚੌਂਕੀ ਖਾਸਾ ਵਿੱਚ ਪਹੁੰਚੇ। ਮੰਗਣੀ ਕਦੋਂ ਹੋਈ ਤੁਹਾਡੀ? ਕਿਹੜੇ ਪਿੰਡ ਹੋਈ ਮੰਗਣੀ? ਕਿਹੜੇ ਪਿੰਡ ਦਾ ਸੀ? ਗੁਲਜਾਰ ਸਿੰਘ ਜਿਹੜੀ ਬੇਟੀ ਨਾਲ ਚੱਕ ਮਕਾਨ ਲਾ ਕੀ ਹੁਣ ਕੀ ਕਹਿ ਰਹੇ ਨੇ ਤੁਸੀਂ? ਬਰਾਤ ਲਿਖ ਕੇ ਇਹਨਾਂ ਦੇ ਪਿੰਡ ਪਹੁੰਚੇ? ਬਾਕੀ ਸਾਰਾ ਪਰਿਵਾਰ ਮੰਨਣ ਡਿਆ, ਇੱਕ ਮੁੰਡਾ ਉਹਨਾਂ ਦਾ ਉਹ ਨਹੀਂ ਮੰਨਣ ਡਿਆ, ਕੀ ਕਹੋਗੇ? ਲੜਕੀ ਤੁਹਾਡੇ ਨਾਲ ਸਹਿਮਤ ਆ? ਫੋਨ ਕਰ ਰਹੀ ਆ? ਕੀ ਕਹਿੰਦੀ ਆ? ਆ ਜਾ। ਅੱਛਾ, ਤੇ ਉਧਰੋਂ ਉਹਦਾ ਭਰਾ ਵੀ ਧਮਕੀਆਂ ਦੇ ਰਿਹਾ ਵੀ ਮੈਂ ਕੁਝ ਖਾ ਕੇ ਮਰ ਜਾਊਂਗਾ ਜੇ ਤੂੰ ਵਿਆਹ ਕਰ। ਸਾਨੂੰ ਇੱਕ ਚੀਜ਼ ਦੱਸੋ, ਕੀ ਵਜ੍ਹਾ ਹੈਗੀ ਹੈ ਜਿਹੜੀ ਉਹਨਾਂ ਨੇ ਬਰਾਤ ਵਾਪਸ ਭੇਜਤੀ ਹੈ, ਜਿਹੜੀ ਉਹ ਕੁੜੀ ਵਾਲੇ ਐਲੀਗੇਸ਼ਨ ਲਗਾ ਰਹੇ, ਕੀ ਕੀ ਵਜ੍ਹਾ ਕੀ ਹੈ? ਅੱਛਾ, ਤੇ ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਨਹੀਂ ਪਤਾ? ਹਾਂਜੀ, ਕੀ ਮੰਗ ਕਰਦੇ ਨੇ? ਹੁਣ ਜੇਕਰ ਕੁੜੀ ਵਾਲੇ ਦੁਬਾਰਾ ਤੁਹਾਡੇ ਨਾਲ ਕੁੜੀ ਤੋੜਦੇ ਨੇ ਤੇ ਤੁਸੀਂ ਐਕਸੈਪਟ ਕਰੋਗੇ? ਹਾਂਜੀ ਸਰ। ਠੀਕ ਆਊਟ ਸਿਰੇ ਲਾਈ ਮੁੰਡਾ ਬੈਠਾ ਚਾ ਤੇ ਮੁੰਡੇ ਨੇ ਆਪਣੀ ਕੰਪਲੇਂਟ ਕੀਤੀ ਵੀ ਸਾਡੇ ਮੈਂ ਇਦਾਂ ਕੁੜੀ ਤੋਂ ਵਿਆਹ ਆਇਆ ਤੇ ਮੈਨੂੰ ਕਹਾ ਆਪਣੇ ਕੁੜੀ ਨੂੰ ਤੇ ਨਾਲ ਹੀ ਲਾਵਾਂ ਫਿਰ ਇਹ ਕਰਦੇ। ਉਹ ਮੈਂ ਗੁਲਜਾਰ ਖਾਸਾ ਦੇ ਕੋਲ ਜਾ ਕੇ ਮਿਲਿਆ ਉਹਨੂੰ, ਉਹ ਗੁਲਜਾਰ ਖਾਸਾ ਵੀ ਤਿਆਰ ਆ, ਉਹਦੀ ਮੰਮੀ ਤਿਆਰ ਆ, ਉਹਦੇ ਭਰਾ ਵੀ ਤਿਆਰ ਆ, ਇੱਕੋ ਇੱਕ ਮੇਨ ਮੁੰਡਾ ਜਿਹੜਾ ਕਹਿੰਦਾ ਮੈਂ ਕੁਝ ਖਾ ਕੇ ਮਰ ਜਾਣਾ ਵਾ ਜੇ ਇਹਨਾਂ ਕੁੜੀ ਨੂੰ ਦਾ ਵਿਆਹ ਕਰਤਾ। ਹੁਣ ਉਹਨੇ ਗੁਲਜਾਰ ਸਿੰਘ ਖਾਸੇ ਨੇ ਇੱਕ ਹਫ਼ਤੇ ਦਾ ਟਾਈਮ ਲਿਆ ਵਾ, ਹਫ਼ਤੇ ਦੇ ਵਿੱਚ ਕਹਿੰਦਾ ਮੈਂ ਕਰਕੇ ਅਤੇ ਕੁੜੀ ਦਾ ਵਿਆਹ ਕਰਦਾ। ਅਗਰ ਇਹ ਨਹੀਂ ਮੰਨਦੇ ਤਾਂ ਫਿਰ ਪੁਲਿਸ ਵੱਲੋਂ ਕੀ ਕਾਰਵਾਈ ਹੋਏਗੀ? ਕੋਈ ਕਾਰਵਾਈ ਜੋ ਵੱਡੀ ਮੁਨਾਸਬ ਕਾਰੀ ਕਰਾਂਗੇ ਜੀ। ਹੁਣ ਜੋ ਇਹਨਾਂ ਨੂੰ ਟਾਈਮ ਦਿੱਤਾ ਗਿਆ, ਲਿਖਤੀ ਪ੍ਰਤੀ ਦਿੱਤਾ ਜੀ? ਨਹੀਂ, ਉਹਦਾ ਜ਼ਬਾਨੀ ਟਾਈਮ ਲਿਆ, ਜ਼ਬਾਨੀ ਟਾਈਮ ਲਿਆ ਉਹਨਾਂ ਨੇ ਅਤੇ ਅਸੀਂ ਇੱਕ ਹਫ਼ਤੇ ਦੇ ਵਿੱਚ ਕਰਕੇ ਅਤੇ ਆਪ ਹੀ ਦੱਸ ਦਿਆਂਗੇ।